ਕੀ ਹੋਇਆ? ਕੀ ਨਾਂ ਤੇਰਾ? ਦੀਨਾ ਜੀ। ਸਿੱਧੀ ਤੇਰਾ ਮੈਨੂੰ ਨਾਲ ਦੱਸੀ ਨਹੀਂ ਤੇ ਮੈਂ ਲੱਤਾਂ ਤੋੜ ਦਿਆਂਗਾ ਤੇਰੀਆਂ। ਰਸਮੀ ਚੰਗੜਾ ਦਾ ਮੁੰਡਾ ਤੂੰ ਕਿਹੜਾ ਹਮਾਈਓ ਗੁਜਰ ਦਾ ਪੁੱਤਰ ਹੈ? ਥੱਲੇ ਬਹਿ, ਥੱਲੇ ਬਹਿ। ਲਾਸ਼ ਜੀ ਸਰ, ਪਾਣੀ ਪਿਆ। ਕੀ ਨਾਂ ਦਾ ਜਨਾਬ? ਲਾਸ਼, ਉਹ ਬੰਦੇ ਦਾ ਨਾਂ ਲਾਸ਼ ਸੀ। ਦੁਆ ਕਰੋ ਪਾਣੀ ਪਿਆ। ਕੀ ਕੇਸ ਸੀ ਇਹਨਾਂ ਦਾ? ਜਨਾਬ ਆਪਸ ਚ ਲੜੇ ਆ, ਚੌਂਕ ਚ ਇਹਨੇ ਕੱਢੀਆਂ ਇੱਕ ਦੂਜੇ ਨੂੰ ਮਾਂ ਭੈਣ ਦੀਆਂ ਗਾਲਾਂ ਮੈਂ ਕੱਢੀਆਂ। ਤੋਂ ਸਹੀ ਸਫਾਈ ਰੱਖੋ, ਚੁਗਲ ਖੋਰਦੇ ਆ। ਗਾਲਾਂ ਨਹੀਂ ਕੱਢੀਆਂ ਜੀ ਸੀ, ਲੇਕਿਨ ਕੱਢਣੀਆਂ ਸੀ। ਅਸੀਂ ਮੁਲਕ ਨੂੰ ਸਿੱਧਾ ਕਰਨ ਡੇ ਹੈ ਤੇ ਤੁਸੀਂ ਚੌਂਕਾਂ ਚ ਲੜ ਕੇ ਤੇ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਪੁਲਿਸ ਨਕਾਮ ਹੈ? ਸਿੱਧਾ 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 ਇੱਥੇ ਕਿਹੜੇ ਸਿੱਧਾ ਇੱਥੇ ਕਿਹੜੇ ਨਕਸ਼ੇ ਬਣੇ ਨੇ ਸਾਡੇ? ਇੱਕ ਮਿੰਟ, ਓਏ ਸ਼ਮੀ ਮਾਰਾ ਦਿਆ ਮੁੰਡਿਆ, ਸਿੱਧਾ। ਇਹ ਫੁੱਲ ਐਵੇਂ ਨਹੀਂ ਲੱਗਦੇ। ਕਿਵੇਂ ਲੱਗਦੇ ਨੇ? ਥੱਲੇ ਪਿੰਨਾਂ ਲੱਗੀਆਂ ਵੇ।
ਉਹ ਲਾਸ਼ ਹੈ ਜੀ ਸਰ ਉਹ ਪਾਣੀ ਪਿਆ ਉਹੀ ਧੋਤੀ ਤੁਸੀਂ ਲੱਕ ਨਾ ਬੰਨੀ ਉਹਦੇ ਨਾਲ ਮੂੰਹ ਸਾਫ਼ ਕਰਨ ਦੇ ਮੈਂ ਕਹਿ ਰਿਹਾ ਤੇਰੀ ਆਵਾਜ਼ ਨਾ ਨਿਕਲੇ ਅੱਛਾ ਜਨਾਬ ਜਦੋਂ ਹੌਲੀ ਬੋਲਦਾ ਗਾਲਾਂ ਕੱਢਦਾ ਜੇ ਚੁੱਪ ਓਏ ਉਹ ਇਹਨਾਂ ਕਹੀ ਉਹ ਲਾਸ਼ ਜੀ ਜਨਾਬ ਵੱਡੇ ਹੋ ਸਾਹਿਬ ਹੋ ਤੁਸੀਂ ਉਹ ਲਾਸ਼ ਜੀ ਸਰ ਪਾਣੀ ਪਿਆ ਸਰ ਪਾਣੀ ਬੜਾ ਪੀਂਦੇ ਹੋ ਅੰਦਰ ਪੈਂਚਰ ਚੈੱਕ ਕਰ ਮੈਂ ਕਿਹਾ ਤੇਰੀ ਆਵਾਜ਼ ਨਾ ਨਿਕਲੇ ਉੱਠ ਤੇਰੀ ਉੱਠ ਚੱਲੀ ਆ ਤੇਰੀ ਖੈਰ ਹੋਵੇ ਕੀ ਕੇਸ ਹੈ ਇਹਨਾਂ ਦਾ ਉਹ ਲੜੇ ਜਨਾਬ ਆਪਸ ਚ ਤੇਰੇ ਨੇ ਕੱਢੀਆਂ ਗਾਲਾਂ ਮੈਂ ਇਹਨਾਂ ਨੂੰ ਲੱਦ ਕੇ ਲੈ ਆਇਆ ਜਨਾਬ ਇਹਨੇ ਲੱਦਿਆ ਹੀ ਨਹੀਂ ਅਸੀਂ ਕੱਲੇ ਕੱਲੇ ਚੜੇ ਆ ਚੜਾਉਣਾ ਤੈਨੂੰ ਮੈਂ ਓਏ ਕੀ ਦੱਸਿਆ ਇਹਨਾਂ ਦਾ ਕੇਸ ਕਿੰਨੀ ਕੁ ਵਾਰੀ ਦੱਸਾਂ ਯਾਰ ਤੈਨੂੰ ਆਪਸ ਚ ਨਹੀਂ ਬਣਨ ਡਈ ਸਾਰੇ ਆਪਸ ਚ ਲੜੇ ਨੇ ਇਹਨਾਂ ਨੇ ਗਾਲਾਂ ਕੱਢੀਆਂ ਮੈਂ ਲੈਂਦਾ ਨਹੀਂ ਅਦਰਾ ਉੱਠ ਕੇ ਕੀ ਹੋਇਆ ਕੀ ਨਾਂ ਤੇਰਾ ਦੀਨਾ ਜੀ ਸਿੱਧੀ ਤਰ੍ਹਾਂ ਮੈਨੂੰ ਨਾਲ ਦੱਸੀ ਨਹੀਂ ਮੈਂ ਲੱਤਾਂ ਤੋੜ ਦਿਆਂਗਾ ਤੇਰੀਆਂ ਰਸਮੀ ਰਸ਼ੀਦ ਜੀ ਸਾਹਿਬ ਜੀ ਉਹ ਫੜਨ ਤੋਂ ਪਹਿਲੇ ਅੱਲਾ ਦਾ ਪਤਾ ਕਰਦੇ ਹੋ ਕੌਣ ਹੈ ਕੌਣ ਨਹੀਂ ਹੈ ਸਾਨੂੰ ਤੇ ਬਾਅਦ ਚ ਪਤਾ ਲੱਗਦਾ ਜੀ ਕਿਹੜਾ ਕੋਈ ਐਸ ਐਚ ਓ ਤੇ ਆ ਚੁੱਕਿਆ ਜੀ ਅੱਗੇ ਹੋ ਅੱਗੇ ਹੋ ਜਵਾਬ ਦੇਈ ਤੇ ਮੈਂ ਲੱਤਾਂ ਤੋੜ ਦਿਆਂਗਾ ਤੁਹਾਡੀਆਂ ਲਾਸ਼ ਜੀ ਸਰ ਪੁੱਤਰ ਪਾਣੀ ਪਿਆਈ ਮੈਨੂੰ ਤੈਨੂੰ ਕਦੇ ਨੀ ਪਾਣੀ ਪਿਆਈ ਆ ਲੱਖ ਤਾਂ ਤੇਲ ਵਾਲ ਠੀਕ ਹੈ ਹਾਂ ਬਾਈ ਹਾਂਜੀ ਕੀ ਹੋਇਆ ਕੀ ਸੀ ਬਾਈ ਹਾਂਜੀ ਮੇਰਾ ਭਰਾ ਜੀ ਇਹਨਾਂ ਦੀ ਝੁੱਗੀ 'ਚ ਵੜਿਆ ਜੇ ਅੱਛਾ ਅਤੇ ਬਾਅਦ 'ਚ ਉਦੋਂ ਮੈਨੂੰ ਸਾਡੀ ਝੁੱਗੀ 'ਚ ਵੜੇ ਨੇ ਓਏ ਝੂਠੀ ਗੱਲ ਨਾ ਮੇਰੇ ਨਾਲ ਕਰੀ ਅੱਛਾ ਸੱਚੀ ਸੱਚੀ ਗੱਲ ਕਰੀ ਤਾਂ ਮੈਂ ਤੇਰੇ ਕੰਨਾਂ 'ਚ ਦੇ ਕੇ ਅਤੇ ਤੇਰੇ ਨਾਸਾ ਥਾਣੀ ਬਾਹਰ ਕੱਢ ਦਿਆਂਗਾ ਮੈਂ ਪੈਪ ਵਾਹ ਵਾਹ ਕੰਨਾਂ ਥਾਣੀ ਦੇ ਕੇ ਨਾਸਾ ਥਾਣੀ ਬਾਹਰ ਕੱਢੇਗਾ ਸਾਹਿਬ ਹੁਣੇ ਤੁਹਾਨੂੰ ਐਟਮ ਕਰਕੇ ਵਿਖਾਏਗਾ ਐਟਮ ਮੈਂ ਤੈਨੂੰ ਹਾਲੀ ਵਿਖਾਉਣਾ ਜਿਹੜਾ ਠਹਿਰ ਜਾ 10 ਮਿੰਟ ਤੂੰ ਸ਼ੁਰੂ ਤੋਂ ਗੱਲ ਦੱਸ ਹੋਇਆ ਕੀ ਸੀ ਉਹ ਲਾਸ਼ ਜੀ ਸਰ ਐਵੇਂ ਸਰ ਇਹ ਮੇਰਾ ਭਾਈ ਜੀ ਇਹਨਾਂ ਦੀ ਝੁੱਗੀ 'ਚ ਵੜਿਆ ਅੱਛਾ ਇਹ ਸਾਡੀ ਝੁੱਗੀ 'ਚ ਵੜੇ ਨੇ ਅੱਛਾ ਓਏ ਸ਼ੁਰੂ ਤੋਂ ਗੱਲ ਦੱਸ ਗੱਲ ਸ਼ੁਰੂ ਕਿੱਥੋਂ ਹੋਈ ਹੈ ਆ ਮੇਰਾ ਭਾਈ ਜੀ ਇਹਨਾਂ ਦੀ ਝੁੱਗੀ ਦੇ ਵਿੱਚ ਵੜਿਆ ਅੱਛਾ ਤੇ ਉਹ ਸਾਡੀ ਝੁੱਗੀ 'ਚ ਵੜੇ ਨੇ ਉਹ ਵੜਿਆ ਕਿਸ ਗੱਲ ਤੋਂ ਤੂੰ ਸ਼ੁਰੂ ਤੋਂ ਗੱਲ ਦੱਸ ਸ਼ੁਰੂ ਤੋਂ ਉਹ ਕੀ ਕੀਤੇ ਸ਼ੁਰੂ ਤੋਂ ਮੈਂ ਤਾਂ ਨਿਕਲਦਾ ਹੀ ਵੇਖਿਆ ਜੀ ਮੈਨੂੰ ਵੀ ਸ਼ੁਰੂ ਤੋਂ ਭੁੱਲਦਾ ਹੀ ਓਏ ਸਿੱਧਾ ਹੋ ਕੇ ਬਹਿ ਆ ਐ ਜੀ ਮੇਰਾ ਭਾਈ ਇਹਨਾਂ ਦੀ ਝੁੱਗੀ ਸੁਣਿਆ ਨਹੀਂ ਜਾਂਦਾ ਤੈਨੂੰ ਕਹਿੰਦਾ ਸ਼ੁਰੂ ਤੋਂ ਦੱਸ ਹੋਇਆ ਕੀ ਹੈ ਐ ਬੜੇ ਜੀ ਐਦੀ ਝੁੱਗੀ 'ਚ ਇਹਨੇ ਮਾਰੀ ਚੀਕ ਐ ਬੜੇ ਐਦੀ ਝੁੱਗੀ 'ਚ ਇਹਨੇ ਮਾਰੀ ਚੀਕ ਇੰਨੀ ਗੱਲ ਅੰਨੀ ਦੇ ਆ ਇੰਨੀ ਗੱਲ ਅੰਨੀ ਦੇ ਆ ਓਏ ਰਸ਼ੀਦ ਸਰ ਬਿਆਨ ਲਿਖ ਬਿਆਨ ਬਕਵਾਸ ਬੰਦ ਕਰ ਤੇ ਤੇਰਾ ਹੋਸ਼ ਨਾ ਪੈ ਓਏ ਇੱਧਰ ਆ ਬੁੱਲਰਦੀਨ ਆਈ ਐਮ ਨਾਟ ਬੁੱਲਰਦੀਨ ਆਈ ਐਮ ਹੋਮ ਇੱਧਰ ਆ ਵਾਚਿੰਗ ਕੁਟਕੁਟਾਪੇ ਵਾਲਾ ਥਾਣਾ ਥੱਲੇ ਬਹਿ ਇੱਥੇ ਕੀ ਨਾਂ ਤੇਰਾ ਓਮ ਪ੍ਰਕਾਸ਼ ਮਖੀਜਾ ਸਿੱਧਾ ਦੱਸ
ਸਿੱਧਾ ਪੁੱਟਾ ਜਮਾਤ ਥੱਲੇ ਬੈ ਥੱਲੇ ਬੈ ਬੈਣ ਕਿਹੜੀ ਹੋਈ ਯਾਰ ਬੂਟਾ ਜਿਹੜੀਆਂ ਤੁਹਾਡੀਆਂ ਨਾਸਾਂ ਥਾਣੀ ਕੇਬਲ ਵੜੀ ਦਾ ਮੈਂ ਕੱਢ ਦਿਆਂਗਾ ਬਾਹਰ ਲਾਸ਼ ਜੀ ਸਰ ਜਾਗਦੇ ਆ ਨਾ ਮੁਲਾਜ਼ਮ ਬੰਦਾ ਸੌ ਜਾਂਦਾ ਜੀ ਹਾਂ ਬਈ ਕੀ ਨਾਂ ਤੇਰਾ ਬੜੀ ਮਿਹਰਬਾਨੀ ਜੀ ਨਾਲ ਇੱਧਰ ਇੱਥੇ ਬਹਿ ਥੱਲੇ ਥੱਲੇ ਬੜੀ ਮਿਹਰਬਾਨੀ ਤੇਰੀ ਉਹ ਲਾਸ਼ ਜੀ ਸਰ ਖਲੋਤੇ ਹਾਂ ਕੀ ਨਾਂ ਤੇਰਾ ਜੀ ਬੂਟਾ ਹੋਇਆ ਕੀ ਸੀ ਜਨਾਬ ਕੁਛ ਵੀ ਨਹੀਂ ਹੋਇਆ ਕੁਛ ਨਹੀਂ ਹੋਇਆ ਉਹ ਨਾਲ ਦੀ ਕੋਠੀ ਵਾਲੇ ਵਨ ਫੜ ਤੇ ਕਾਲ ਚਲਾਈਏ ਉਹ ਨਾ ਕੰਜਰਾਂ ਨੂੰ ਫੜੋ ਯਾਰ ਕੰਜਰਾਂ ਦੇ ਪੁੱਤਰ ਕਿ ਸ਼ਰਾਬ ਪੀ ਕੇ ਤਾਂ ਮਹੱਲੇ 'ਚ ਬੜਕਾ ਮਾਰਦੇ ਹੋ ਤੁਸੀਂ ਸ਼ਰਾਬ ਨਹੀਂ ਪੀਤੀ ਅੱਛਾ ਤੇ ਕੀ ਕਰਦੇ ਹੋ ਅਸੀਂ ਸਿਰਫ ਵੇਚਨੇ ਆ ਜਨਾਬ ਸਿੱਧਾ ਵੇਚਦੇ ਹੋ ਤੁਸੀਂ ਹਾਂ ਦੱਸ ਹੋਇਆ ਕੀ ਸੀ ਕੁਛ ਨਹੀਂ ਜਨਾਬ ਐਸੇ ਗੈਟ ਟੂਗੈਦਰ ਕੇ ਲੀਏ ਮੈਂ ਇਸਕੀ ਕੁੱਲੀ ਮੈਂ ਚਲਾ ਗਿਆ ਮੈਂ ਕਿਹਾ ਕਾਫੀ ਪੀਏਂਗੇ ਕੁੱਲੀ 'ਚ ਚੀਕੋ ਮਾਰੋ ਲਾਪੀ ਚੂਈ ਗਈ ਚੁੱਪ ਕਰ ਜਾ ਤੈਨੂੰ ਮਾਰਨ ਦਾ ਮੈਨੂੰ ਨਾਲ ਐਵੇਂ ਹੀ ਪੈ ਜਾਂਦੀ ਹੈ ਇਹੋ ਹੀ ਤਾਂ ਮੈਂ ਚਾਹੁੰਦਾ ਉਸਤਾਦ ਜੀ ਸੰਤ ਜੂਸ ਪਿਆ ਰਿਹਾ ਨਾ ਔਰ ਰਹਿਣਾ ਕਿੱਥੇ ਹੈ ਤੂੰ ਹਾਂਜੀ ਰਹਿਣਾ ਕਿੱਥੇ ਆ ਬਾਦਤ ਰੋਡ ਜਾਓ ਨਾ ਅੱਛਾ ਜਿੱਥੇ ਉਹ ਪਹਿਲਾ ਖੰਭਾ ਆਉਂਦਾ ਜੇ ਹਾਂ ਖੱਬੇ ਹੱਥ ਗਲੀ ਨਹੀਂ ਮੁੜਦੀ ਹਾਂ ਉਹ ਖੰਭਾ ਛੱਡੋ ਛੱਡ ਦਿੱਤਾ ਅੰਦਰ ਜਾਓਗੇ ਅੰਦਰ ਇੱਕ ਪਾਣ ਵਾਲਾ ਖੋਖਾ ਲੱਗਾ ਜੇ ਅੱਛਾ ਉਹ ਖੋਖਾ ਵੀ ਛੱਡੋ ਛੱਡ ਦਿੱਤਾ ਅੱਗੇ ਮਸਜਿਦ ਦੀ ਨੁੱਕਰ ਆਂਦੀ ਅੱਛਾ ਉਹ ਵੀ ਛੱਡੋ ਛੱਡ ਦਿੱਤਾ ਤੇ ਖੱਬੇ ਹੱਥ ਅੱਗੋਂ ਫੇਰ ਮੁੜ ਜਾਓ ਅੱਛਾ ਉਧਰੋਂ ਖੱਬੇ ਹੱਥ ਆਉਣਾ ਮੁੜ ਜਾਓ ਅੱਗੇ ਗਰਾਊਂਡ ਆ ਹਾਂ ਗਰਾਊਂਡ ਛੱਡੋ ਛੱਡ ਦਿੱਤਾ ਇਹਨਾਂ ਕੋਲ ਛੱਡਿਆ ਮੈਨੂੰ ਵੀ ਛੱਡ ਦਿਓ ਇੱਕ ਬੋਤਲ ਪੂਰੇ ਡਾਲੇ ਤੋਂ ਇੱਕ ਬੋਤਲ ਤੇ ਆ ਗਿਆ ਝੂਠੀ ਕੋਈ ਗੱਲ ਨਾ ਕਰੀ ਸੱਚ ਸੱਚ ਬੋਲੀ ਸਮਝ ਗਿਆ ਨਾ ਮੈਂ ਝੂਠ ਬੋਲਾਂ ਤੂੰ ਪੁਲਿਸ ਮੁਕਾਬਲੇ ਚ ਮਰੇ ਭਾਈ ਬਾਬਾ ਸਾਹਿਬ ਨੇ ਐਟਮ ਕੀਤੀ ਸਾਡੀ ਭੈਣ ਮਾਸੂਮ ਇਨੋਸੈਂਟ ਅੰਦਰ ਬੈਠੀ ਸਟੱਡੀ ਕਰ ਰਹੀ ਸੀ ਸਟੱਡੀ ਕਾਹਦੇ ਤੇ ਕਰ ਰਹੀ ਸੀ ਤਮਾਸ਼ਬੀਨਾਂ ਤੇ ਜੀ ਮਹਿਸੂਸ ਕਰੋ ਸਾਡੀ ਭੈਣ ਦੀ ਚੀਕ ਨਹੀਂ ਹੈ ਤੁਹਾਡੀ ਭੈਣ ਦੀ ਚੀਕ ਸਾਡੀ ਭੈਣ ਦੀ ਨਹੀਂ ਤੁਹਾਡੀ ਭੈਣ ਦੀ ਚੀਕ ਮਹਿਸੂਸ ਤੇ ਕਰਕੇ ਉਹ ਕੀ ਕਹਿ ਰਿਹਾ ਉਹ ਚਿੱਟਿਆ ਓਏ ਸਾਰਾ ਤਾਂ ਨਾਂ ਲਵੋ ਕੀ ਨਾਂ ਇਹਦਾ ਓਏ ਬਿੱਲੂ ਮੋਰੀ ਉਹ ਮੈਨੂੰ ਲੱਗਦਾ ਜਿਵੇਂ ਵੱਡੀ ਸਾਲੀ ਦੇ ਘਰ ਆਇਆ ਥੱਲੇ ਪੈ ਇੱਥੇ ਉਹ ਥੱਲੇ ਨਹੀਂ ਪੈਂਦਾ ਤੂੰ ਕੀ ਹੋਇਆ ਸੀ ਬਈ ਦੱਸੋ ਕੀ ਹੋਇਆ ਤੁਸੀਂ ਦੱਸੋ ਜੋ ਉਹਨਾਂ ਨੇ ਦੱਸਿਆ ਮੈਂ ਸੱਚ ਦੱਸਾਂਗਾ ਸਿੱਧੀ ਸਿੱਧੀ ਗੱਲ ਕਰੀਓ ਮੇਰੇ ਨਾਲ ਗੱਲ ਚਾਚਾ ਜੀ ਖਰੀ ਕਰ ਚਾਚਾ ਜੀ ਕਿਹੜਾ ਗੱਲ ਇਸ ਤਰ੍ਹਾਂ ਹੈ ਤੁਸੀਂ ਵੀ ਧੀਆਂ ਭੈਣਾਂ ਵਾਲੇ ਹੋ ਕਿਹਦੀ ਤਫਤੀਸ਼ ਹੋ ਰਹੀ ਹੈ ਮੇਰੀ ਕਿ ਤੁਹਾਡੀ ਕਰਨੇ ਪਤਾ ਅੱਧੇ ਘੰਟੇ ਲੱਗ ਲੈ ਸਿੱਧੀ ਤਰ੍ਹਾਂ ਗੱਲ ਕਰ ਐ ਨਹੀਂ ਉਰਲਾ ਦੁਰਮਟ ਸਾਈਂ ਹਾਂਜੀ ਆਹ ਲੱਕੜ ਦੇ ਘੋੜੇ 'ਚ ਵੜ ਕੇ ਨੱਚਣ ਵਾਲਾ ਭਾਈ ਇਹ ਵੱਡੇ ਮੂੰਹ ਵਾਲਾ ਇਹਦੇ ਤੇ ਮੈਨੂੰ ਪਹਿਲੇ ਬੜਾ ਸ਼ੱਕ ਹੈ ਇਹਦਾ ਮੂੰਹ ਵੱਡਾ ਨਾ ਤੁਹਾਨੂੰ ਪਤਾ ਨਾ ਹਾਂ ਉਹ ਪਰਲਾ ਆ ਇਹਦਾ ਭਰਾ ਜਿਹੜਾ ਪੈਂਟ ਸ਼ਰਟ ਵਾਲਾ ਹਲਕਾ ਜਿਹਾ ਜਨਾਨਾ ਜਿਹਾ ਮੁੰਡਾ ਅਸੀਂ ਜਨਾਨੇ ਆ ਜੀ ਇਹਨਾਂ ਦੋਵਾਂ ਭਰਾਵਾਂ ਦੀ ਫਿਲਮ ਆ ਰਹੀ ਮਰਦ ਹਾਂਜੀ
ਸਰ ਇਹ ਬੰਦਾ ਬੜਿਆ ਸਾਡੀ ਕੁਲੀ ਚ ਸਾਡੀ ਨੇ ਬਾਇਆ ਰੌਲਾ ਅੱਛਾ ਅਸੀਂ ਦੋਵਾਂ ਭਰਾਵਾਂ ਨੇ ਬਦਲਾ ਲੈਣ ਲਈ ਮੈਂ ਤੇ ਉਹ ਮੇਰਾ ਚਾਚਾ ਜੀ ਪਰ ਮਦਾਰੀ ਮਸਤ ਜਿਹਾ ਉਹ ਪਰਲਾ ਬਜ਼ੁਰਗ ਚਾਚਾ ਜੀ ਹੱਥ ਖੜਾ ਕਰ ਹਾਂਜੀ ਹੱਥ ਖੜਾ ਕਰ ਬਗਲ ਲਾਣੀ ਸਾਰੇ ਅਸੀਂ ਫਿਰ ਇਹਨਾਂ ਦੀ ਝੁੱਗੀ ਚ ਵੜੇ ਅੱਛਾ ਜੇ ਇਹਨੇ ਬਹੁਤਾ ਰੌਲਾ ਪਾਤਾ ਅੱਛਾ ਇਹ ਪਤਾ ਨਹੀਂ ਆਦੀ ਨਹੀਂ ਸੀ ਅੱਛਾ ਤੇ ਪਰਚਾ ਕ੍ਰਾਸ ਕੱਟ ਦਿਓ ਕੁਲੀ ਇਹ ਤਾਂ ਤੁਸੀਂ ਥਾਣੇ ਨਹੀਂ ਸੀ ਰਿਪੋਰਟ ਕਰਾ ਸਕਦੇ ਹੈਲੋ ਕਿਹਦਾ ਫੋਨ ਆਇਆ ਦੁਬਈ ਤੋਂ ਅਰਬੀ ਦਾ ਕਰਾਵਾਂ ਗੱਲ ਰਸ਼ੀਦ ਉਹਦਾ ਫੋਨ ਆਇਆ ਜੀ ਬੀਬੀ ਜੀ ਉਹ ਸਾਹਿਬ ਜੀ ਤਫਤੀਸ਼ ਕਰ ਰਹੇ ਨੇ ਹਾਂਜੀ ਹਾਂਜੀ ਕੌਣ ਹੈ ਭਾਬੀ ਜੀ ਤੇ ਭਾਬੀ ਅਰਬੀ ਨਾਲ ਫਿਰ ਰਹੀ ਹੈ ਓਏ ਸੌਰੀ ਜਨਾਬ ਸੌਰੀ 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 ਜਨਾਬ ਪਾਗਲ ਹੋ ਗਿਆ ਤੂੰ ਤੈਨੂੰ ਕੀ ਤਕਲੀਫ ਪਈ ਅਗਲੇ ਅਗਲਾ ਤੂੰ ਦੱਸਣ ਲਿਆ ਉਹ ਨਹੀਂ ਜੀ ਉਹ ਐਵੇਂ ਬਸ ਮਜ਼ਾਕ ਕਰ ਇਹ ਗੱਲ ਕਰੋ ਹੈਲੋ ਕਿੰਨੀ ਵਾਰੀ ਤੈਨੂੰ ਕਿਹਾ ਕਿ ਥਾਣੇ ਫੋਨ ਨਾ ਕਰਿਆ ਕਰ ਭਾਬੀ ਦਾ ਫੋਨ ਹੈ ਨਾ ਉਹ ਤੇਰੇ ਤੇ ਸਕੇ ਭਰਾ ਪਤਾ ਨਹੀਂ ਕਿਵੇਂ ਤੈਨੂੰ ਭੈਣ ਕਹਿੰਦੇ ਨੇ ਭਾਬੀ ਦਾ ਫੋਨ ਮੇਰੇ ਕਿਹਦੇ ਸੌ ਜਾਂਦੀ ਉਦੋਂ ਇਹਦੇ ਆਹਾ ਕਹਿੰਦੇ ਰਹਿੰਦੇ ਹੈਲੋ ਓਏ ਆ ਬੀਵੀ ਹੈ ਤੁਹਾਡੀ ਹਾਂ ਅੱਛਾ ਅੱਛਾ ਕਰੋ ਗੱਲ ਹਾਂ ਆ ਜੀ ਬੀਵੀ ਹੈ ਨਾ ਹਾਂਜੀ ਮੈਂ ਸਮਝਾਂ ਕਿ ਦੋ ਨੰਬਰ ਔਰਤ ਹੈ ਓਏ ਤੇਰੀ ਆਵਾਜ਼ ਨਾ ਨਿਕਲੇ ਨਾ ਟੈਲੀਫੋਨ ਟੈਲੀਫੋਨ ਸੁਣ ਲਓ ਭਾਬੀ ਪਤਾ ਨਹੀਂ ਕਿਹਦੇ ਮੋਬਾਈਲ ਤੋਂ ਕਰ ਰਹੀ ਆ ਇਹਦੇ ਮਹਾਰਾਜ ਸਾਹਿਬ ਜੇ ਬੁੱਲੜ ਜੇ ਇਹਦੇ ਕਹਿੰਦਾ ਪਤਾ ਨਹੀਂ ਕਿਸੇ ਦੋ ਨੰਬਰ ਔਰਤ ਦਾ ਫੋਨ ਤੈਨੂੰ ਦੱਸਿਆ ਕਿੰਨੇ ਹੋਏ